ਲਾਓ ਵੀ ਬੇਲੀਓ ਮੇਲਾ ਪੂਰਾ ਭਾਕ ਚੁੱਕਿਆ ਪ੍ਰੋਡਕਟ ਕਿਵੇਂ ਆ ਮਾਹੌਲ ਕਿਵੇਂ ਆ ਮਾਹੌਲ ਬਈ ਜਮਾ ਸਿਰੇ ਤੇ ਹੈ ਜਮਾ ਸਰਕਾਰ ਨੇ ਮੌਕੇ ਤੇ ਦਿੱਤੀ ਆ ਆਗਿਆ ਤੇ ਉਵੇਂ ਬਈ ਖਿੱਚ ਤੂੰ ਪੂਰੀ ਤੰਬੂਆਂ ਤੁੰਬੂਆਂ ਨਾਲ ਇਧਰ ਬਾਈ ਜੱਗਾ ਲੱਗਿਆ ਪਿਆ ਸਟੋਰੀ ਵਾਲਾ ਹਨਾ ਕੰਮ ਬੜਾ ਕਿਹੜਾ ਕਰਤਾ ਹਨਾ ਦੋ ਕੁ ਦਿਨ ਕੰਮ ਬਾਈ ਮਿੱਟੀ ਵਾਲਿਆਂ ਦੇ ਵੀ ਕਸ ਪੂਰਾ ਬੰਦਿਆਂ ਦੇ ਵੀ ਪੂਰਾ ਕਸ ਆ ਤੇ ਘੋੜੇ ਵਾਲਿਆਂ ਤੇ ਵੀ ਹਾਂ ਸਟੋਰੀਆਂ ਤੇ ਬਾਈ ਵੱਡੀਆਂ ਸਰਿੰਜਾਂ ਵਾਲੇ ਵੀ ਬੈਠੇ ਐਤਕੀ ਬਾਈ मेनू पट्टिया अच्छा तीन साल हो गए मैं इतने मैं मेरे को घोड़िया तो है नहीं गा तो मैं तो बोक ही लिया इतने अच्छा बकरियां ले आ वे लो बकरियां बकरियां बस भाई अपना काम चली जांदा आपा हुण जगह ही तैनू दिखा के लियाऊं मैं आ इत्थे दा माहौल आए बणया पिया जिवें जागो वाले दा नहीं टैंट जागो केड़ा जागो च तां भाई थोड़े ही प्रौहने होंदे इत्थे तां पता नहीं कित्थों चल चल के आउंदे मान मन्नी दे आ देख धूंआं धाइयां पाइयां पूरियां ठोक के काम धूंआं धाइयां ला के इधर खरनियां खरनियां लातियां अपने चल नुकरे घोड़े नीले घोड़े तो कामयाब हैगी है रिकॉर्ड तोड़ी है अपने आला ने ना जेडे मारवाड़ी है ठीक है ये भी लिया के ना इधर पहला गुजरात राजस्थान चुंदे सी मिलदा है बठिंडे मुक्तसर दी ठाठ देखनी है ना इथे आ जे इथे माड़े बंदे नूं तां बई जगह भी नहीं मिलदी ठीक है जेड़े दा इथे इक हिसाब नाल ना जे जे 10 किले बैल वाले ते इथे जगह जिहदा नां चलदा इथे बिल्कुल आ देख बराड़ा आ दा जमा दीम वाला ला के लै ब्याह वाला जागो वाला काम ही करया पिया देखे थोड़ा पिछे करता बाकी जेडे ने रौनक मेला देखना तेरा ते चौदा पर उदन बी गड्डी ते आउणा नहीं बनदा इत्थे आदा मोटरसाइकल आओ जे तुर के हां सदियां आ जाओ जी आ इधर मारी निगा बराड़ा इधर देख कल दे पैसे दित्ते आ लोकां ने छोटे हाथी अपना अपने घोड़िया नी अपने बकरियां हां मुल घोड़ियां भी अच्छा कोई माड़ी नहीं पैसे आपां वध वट के लग जावे घोड़ियां वालों तो अच्छा इत्थे बैग जांदे आ बैग की बई इत्थे उन्ना जिन्ना तगड़ा घोड़ा जिवें खो के लै जांदे आ
ਉਵੇਂ ਨਹੀਂ ਆਪਾਂ ਆਉਣੇ ਨੇ ਥੋੜਾ ਜਿਹਾ ਦਿਖਾਉਣੀ ਆ ਇਹ ਨਾ ਪਤੰਦ ਨੂੰ ਉੱਪਰ ਲੈ ਕੇ ਜਾਣਾ ਆਪਣੇ ਤੰਬੂ ਮੂਹਰੇ ਵੇਖ ਲਈ ਜਦੋਂ ਘੋੜੀਆਂ ਆਗਣਾ ਉਹ ਲੈ ਕੇ ਚੱਲ ਮੈਨੂੰ ਤਾਂ ਇੱਥੇ ਲੱਗ ਜਾਂਦਾ ਵਿਆਹ ਜਿੰਨਾ ਬਈ ਚਾਹ ਐਤਕੀ ਮੇਰਾ ਇਰਾਦਾ ਹੈ ਨਹੀਂ ਸੀ ਬਰਾੜਾ ਜਮਾ ਹੀ ਆਉਣ ਦਾ ਆਪੇ ਉਤਰ ਆਉਣਗੇ ਮੇਰੇ ਘੱਟ ਵੱਧ ਹੁੰਦਾ ਬਾਈ ਤੂੰ ਵੇਖੀ ਚਾਈਨਾ ਵਾਲੇ ਮੁੰਡੇ ਤੇ ਵੇਖਣ ਵਾਲੇ ਸਾਰੇ ਘੋੜੀਆਂ ਵਾਲੇ ਘੋੜੀਆਂ ਛੱਡ ਛੱਡ ਕੇ ਵੀ ਆਪਣੇ ਵਾਲੀਆਂ ਘੋੜੀਆਂ ਵੇਂਦੇ ਆ ਬਾਈ ਜੀ ਹੁਣ ਆਏ ਨਾ ਕਹਿ ਦੋ ਜੇ ਗੱਡੀ ਚ ਬੈਠੀ ਦਿਖਾਈ ਨਾ ਮੇਲਾ ਤੁਰ ਕੇ ਵੀ ਦਿਖਾਵਾਂਗੇ ਕੱਲ ਨੂੰ ਦਿਖਾਵਾਂਗੇ ਤੁਰ ਕੇ ਬਾਈ ਬੰਗਾਲੀ ਟੈਂਟ ਮਕਾਤੇ ਬਾਈ ਇਥੋਂ 50 ਕਿਲੋਮੀਟਰ ਦੇ ਵਿਚ ਨਾ ਤੁਹਾਨੂੰ ਮੁਕਤਸਰ ਦੇ ਤੇ ਬੰਗਾਲੀ ਟੈਂਟ ਨੀ ਬਰਾੜਾ ਮਿਲਣਾ ਲੈ ਦਿਖਾ ਦੇ ਪੂਰਾ ਕੈੜਾ ਕੰਮ ਕਰਿਆ ਪਿਆ ਬਾਈ ਬੰਗਾਲੀ ਟੈਂਟ ਜਮਾ ਵਿਆਹਾਂ ਵਾਲਾ ਮਾਹੌਲ ਬਣਾਇਆ ਪਿਆ ਜਮਾ ਆਪਣੇ ਬਾਈ ਜਦੋਂ ਆ ਵਾਟਰ ਬਾਕਸ ਕੋਲੋਂ ਸਿੱਧੀ ਸੜਕ ਆਉਣਗੇ ਹਨਾ ਆਪਣੀ ਤੀਜੀ ਸੜਕ ਅੰਦਰ ਨੂੰ ਮੁੜਦੀ ਆ ਜਿਹੜੀ ਤੇ ਜਿਹੜਾ ਸ਼ੋਅ ਚੱਲੀ ਜਾਂਦਾ ਸ਼ੋਅ ਤੋਂ ਪਹਿਲੀ ਸੜਕ ਮੁੜਦੀ ਆ ਉਧਰੋਂ ਪਹਿਲਾਂ ਆਪਾਂ ਇੱਕ ਵਾਰੀ ਉਧਰ ਵੀ ਮਾਰਿਆ ਉਹਨਾਂ ਨਾਲੇ ਆਪਣੇ ਉਹਨਾਂ ਦਾ ਅਰਜਨ ਰੌਲੀ ਵਾਲਿਆਂ ਦਾ ਦਿਖਾ ਕੇ ਲਿਆਉਣਾ ਉਹਨਾਂ ਦਾ ਵੀ ਬੜਾ ਤਕੜਾ ਝਾਮ ਧਾਮ ਹੁੰਦਾ ਇੱਧਰ ਉਧਰ ਹਾਂ ਮਗਰਲੇ ਪਾਸੇ ਆ ਕਮਾਲ ਆ ਗੱਡੀ ਅੱਜ ਤਾਂ ਕਿੱਥੇ ਮਰਜ਼ੀ ਤੁਰੀ ਫਿਰ ਕੱਲ ਨੂੰ ਨਾ ਗੱਡੀ ਕੱਢ ਲਈ ਬਾਹਰ ਪਰਸੋਂ ਟਰੈਕਟਰ ਟਰਾਲੀਆਂ ਲੈ ਆਉਣਾ ਸ਼ੇਅਰ ਜ਼ਰੂਰ ਕਰਿਓ ਜਿਹੜੇ ਭਰਾ ਨਹੀਂ ਆ ਸਕਦੇ ਬਈ ਮਾਘੀ ਦਾ ਮੇਲਾ ਨਾ ਇਹ ਏਸ਼ੀਆ ਦਾ ਸਭ ਤੋਂ ਵੱਡਾ ਘੋੜੀਆਂ ਦਾ ਮੇਲਾ ਇਸ ਟਾਈਮ ਬਾਈ ਹਾਂ ਜਿੰਨੇ ਇੱਥੇ ਮਹਿੰਗੇ ਘੋੜੇ ਆਉਂਦੇ ਆ ਤੇ ਗਿਣਤੀ ਚ ਆਉਂਦੇ ਆ ਵਪਾਰੀ ਇੱਥੇ ਬਈ ਪਹੁੰਚਦਾ ਹਰੇਕ ਤਰ੍ਹਾਂ ਦਾ ਠੀਕ ਹੈ ਤੇ ਮਾੜੇ ਤੋਂ ਮਾੜੀ ਘੋੜੀ ਮਿਲ ਜਾਂਦੀ ਤਕੜੇ ਤੋਂ ਤਕੜੀ ਮਿਲ ਜਾਂਦੀ ਹੈ ਬਾਈ ਤੇ ਸ਼ੋਅ ਚੱਲੀ ਜਾਂਦਾ ਸ਼ੋਅ ਪੂਰਾ ਸਿਰ ਕੱਢ ਮੈਂ ਇੱਕ ਗੱਲ ਆ ਸ਼ੋਅ ਤੇ ਜਿੰਨਾ ਇਕੱਠ ਆ ਹਲੇ ਦੇਖ ਲਾ ਜਾਨਵਰ ਬਹੁਤ ਘੱਟ ਆਏ 10% ਹੀ ਜਾਨਵਰ ਆਏ ਆ ਨਾ ਤੇ ਸ਼ੋਅ ਤੇ ਦੇਖ ਵੀ ਕਿੰਨਾ ਜ਼ਿਆਦਾ ਇਕੱਠ ਆ ਲੋਕਾਂ 'ਚ ਖਿੱਚ ਸੀਗੀ ਆ ਮੇਲੇ ਦੀ ਬਹੁਤ ਜ਼ਿਆਦਾ ਬਾਈ ਜੇ ਇਹ ਘੋੜਾ ਕੈਂਸਲ ਹੋ ਜਾਂਦਾ ਅਜੇ ਮੇਲਾ ਹਨਾ ਹੋ ਜਾਂਦਾ ਕੈਂਸਲ ਤੇ ਘੋੜਿਆਂ ਦੀ ਬਹੁਤ ਘਾਟਾ ਪੈਣਾ ਮਾਰਕੀਟ ਨੂੰ ਹਾਂ ਫਿਰ ਕਿਉਂਕਿ ਵਪਾਰੀਆਂ ਨੇ ਉੱਤੇ ਚੜ੍ਹ ਜਾਣੇ ਜਿਹੜੇ ਵਿਚਾਰੇ ਨੋਰਮਲ ਫਾਰਮਰ ਸੀ ਜਿਹੜਿਆਂ ਨੇ ਦੋ ਦੋ ਤਿੰਨ ਤਿੰਨ ਘੋੜੇ ਤਿਆਰ ਘੋੜੀਆਂ ਤਿਆਰ ਕਰੀਆਂ ਸੀ ਉਹ ਨਹੀਂ ਵਿਕਣੀਆਂ ਸੀ ਬਾਈ ਤੇ ਇਹਦੇ ਵਿੱਚ ਸਰਕਾਰ ਨੂੰ ਵੀ ਬਈ ਬਹੁਤ ਫਾਇਦਾ ਹੋਣਾ ਤੇ ਆਸੇ ਪਾਸੇ ਪਿੰਡਾਂ ਵਾਲਿਆਂ ਨੂੰ ਬੜਾ ਇੱਥੇ ਬਰਾੜਾ ਰੁਜ਼ਗਾਰ ਚੱਲਦਾ ਜਿਹੜੇ ਇੱਥੇ ਰੇੜੀ ਆਂਡਿਆਂ ਵਾਲੀ ਲਾਲਾ ਉਹ ਵੀ ਇੱਥੇ 1000-2000 ਰੁਪਇਆ ਵਟੂਗਾ ਦੇਖ ਲਾ ਤੂੰ ਪਹਿਲਾਂ ਲਖਾਈ ਦਾ ਦੇਖ ਲਾ ਆਮਦਨ ਹੋ ਗਈ ਕਿੰਨੇ ਆ ਟੈਂਟ ਲੱਗਣੇ ਆ ਤੰਬੂ ਬਈ ਮਿੱਟੀ ਵਾਲਿਆਂ ਦਾ ਕੰਮ ਕਰਾਹੇ ਵਾਲਿਆਂ ਦਾ ਕੰਮ ਕਿੰਨਾ ਜ਼ਿਆਦਾ ਕੰਮ ਬਈ ਜਿਵੇਂ ਆ ਨਾਲ ਨਾਲ ਪਿੰਡ ਤਾਂਗੇ ਤਾਂ ਇੱਥੇ ਕੋਈ ਰੋਕ ਟੋਕ ਨਹੀਂ ਕਰਦੇ ਇਹਨਾਂ ਨੂੰ ਆਮਦਨ ਬਹੁਤ ਆ ਦੁੱਧ ਦੱਧ ਬਈ ਮੀਟ ਵਾਲੀਆਂ ਦੁਕਾਨਾਂ ਲੈ ਬਈ ਲੈ ਤੇਰੇ ਨਾਲ ਤਾਂ ਘੋੜਿਆਂ ਵਾਲੇ ਬਹੁਤ ਜੁੜਿਆ ਚੱਲ ਮੇਰੇ ਨਾਲ ਤਾਂ ਜੁੜਿਆ ਬੱਕਰੀਆਂ ਵਾਲੇ ਹਨਾ ਤੇ ਜੇ ਤੂੰ ਫਾਰਮਾਂ ਫੂਰਮਾਂ ਤੇ ਜਾਣਾ ਸੇਵਾ ਪਾਣੀ ਪੂਰਾ ਕਰਦੇ ਆ ਸਿਰਾ ਸਿਰਾ ਮੱਥੇ ਤੇ ਔੜੀ ਨਹੀਂ ਪਾਉਂਦਾ ਕੋਈ ਨਾ 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 ਬਈ ਮਾੜੀ ਝਾਲ ਨੀ ਝਾਲਦੀ ਉਹ ਗੋਪੀ ਕਹਿੰਦਾ ਤਾਂ ਹੁੰਦਾ ਕਹਿੰਦਾ ਜਦੋਂ ਘੋੜੀਆਂ ਵਾਲੇ ਘਰੇ ਕੋਈ ਆ ਜਾਂਦਾ ਕਹਿੰਦਾ ਚਾਹ ਚੜ ਜਾਂਦਾ ਬੁੜੀਆਂ ਨੂੰ ਵੀ ਰੱਖਣ ਦਾ ਬਰਾੜਾ ਮੇਰਾ ਵੀ ਇਰਾਦਾ ਪਰ ਪਤਾ ਕੀ ਚੱਕਰ ਆ ਥੋੜਾ ਜਿਹਾ ਆਪਣੇ ਪਾਸੇ ਬਈ ਸ਼ੋਅ ਚੱਲੀ ਜਾਂਦਾ ਹਨਾ ਆ ਦਿਖਾ ਦੇ ਆ ਮੇਨ ਗੇਟ ਹਨਾ ਹਾਰਸ ਸ਼ੋਅ ਵਾਲਿਆਂ ਦਾ ਤੇ ਆਪਾਂ ਤੁਹਾਨੂੰ ਗਾਂ ਵੀ ਦਿਖਾਉਣੇ ਆ ਉਹਨਾਂ ਦਾ ਬਾਈ ਅਰਜਨ ਰੌਲੀ ਵਾਲਿਆਂ ਦਾ ਹਨਾ ਉਹਨਾਂ ਦਾ ਵੀ ਬਹੁਤ ਤਕੜਾ ਜਾਮ ਧਾਮ ਹੁੰਦਾ ਅਰਜਨ ਰੌਲੀ ਬਈ ਬਹੁਤ ਮਸ਼ਹੂਰ ਆ ਘੋੜਿਆਂ ਚ ਨਾ ਬਹੁਤ ਬਈ ਉਹਨੇ ਇੱਕ ਵੱਖਰੀ ਲਾਈਨ ਹੀ ਆਪਦੀ ਚਲਾਈ ਆ ਨਾ ਬਹੁਤ ਵਧੀਆ ਜਿਹੜਾ ਰਿਜ਼ਲਟ ਆ ਬਾਕੀ ਬੰਦੇ ਬਹੁਤ ਵਧੀਆ ਤੇ ਐਲਸੀਡੀ ਵਗੈਰਾ ਸਾਰੀ ਸਕਰੀਨ ਵਗੈਰਾ ਕੱਲ ਤੋਂ ਉਹਨਾਂ ਦੀ ਪ੍ਰੋਪਰ ਲੱਗੂਗੀ ਸਪੈਸ਼ਲ
ਸਾਰਾ ਦਿਨ ਉਹਦੇ ਤੇ ਘੋੜਿਆਂ ਦੇ ਹਨਾ ਜਿਹੜੇ ਨਵੇਂ ਬੰਦੇ ਨੇ ਉਹ ਕਰਨਾ ਹੈ ਸ਼ੌਂਕ ਕਰਨਾ ਇਕੱਲੇ ਪਾਸੇ ਆ ਗਿਆ ਆ ਵੀ ਗਏ ਜਾਨਵਰ ਕਰਮ ਵਾਲੇ ਫਾਰਮ ਵਾਲੇ ਤੇ ਗਾਂ ਬਾਈ ਸੂਰੇ ਵਾਲੇ ਵਾਲੇ ਹਨਾ ਸੂਰੇ ਵਾਲੇ ਵੀ ਬਹੁਤ ਮਸ਼ਹੂਰ ਹਨ ਬਹੁਤ ਮਸ਼ਹੂਰ ਆ ਬਾਈ ਲਾਈਟਾਂ ਅੱਜ ਆਪਾਂ ਥੋੜੀ ਜਿਹੀ ਲੇਟ ਹੋ ਗਏ ਚੱਲ ਕੋਈ ਨਾ ਆਪਾਂ ਜਿਹੜੇ ਭਰਾ ਨਹੀਂ ਆ ਸਕੇ ਹਨਾ ਉਹਨਾਂ ਨੂੰ ਦਿਖਾਈਏ ਤਾਂ ਸਹੀ ਇੱਕ ਵਾਰੀ ਮੇਲੇ ਦਾ ਮਾਹੌਲ ਆਪਾਂ ਵੀ ਲਾਈਟਾਂ ਛੱਡ ਲੈਣੇ ਲੈ ਹੁਣ ਆਹਾ ਬਰਾੜਾ ਅਰਜਨ ਰੌਲੀ ਵਾਲਿਆਂ ਦਾ ਦੇਖ ਮਾਰਕ ਇੱਧਰ ਹਨਾ ਇੱਧਰ ਕੈਮਰਾ ਮਾਰ ਕੇਰਾ ਮਾਰੀ ਪ੍ਰੀਤ ਕੈਮਰਾ ਉਹਦੇ ਅੰਦਰ ਲੋਕਾਂ ਨੂੰ ਆਹ ਮੜੇ ਜੀ ਝਾਤ ਮਾਰ ਇੱਧਰਲੇ ਪਾਸੇ ਆਹਾ ਬਾਈ ਅਰਜਨ ਰੌਲੀ ਵਾਲਿਆਂ ਦਾ ਸੋਨੂ ਹੋਰਾਂ ਦਾ ਹਨਾ ਫਰੋਜ਼ ਸ਼ਾਹ ਵਾਲਿਆਂ ਦਾ ਐਡਾ ਲੱਭਾ ਜੀ ਕਿਸੇ ਪੈਲਸ 'ਚ ਵੀ ਨਹੀਂ ਲੱਗਿਆ ਹੁੰਦਾ ਕੰਮ ਨਾ ਐਡੀ ਡੈਕੋਰੇਸ਼ਨ ਮੇਰੇ ਹਿਸਾਬ ਨਾਲ ਵੀ ਤਕੜੇ ਪੈਲਸ 'ਚ ਕੋਈ ਤਕੜਾ ਬੰਦਾ ਹੀ ਕਰਾਉਂਦਾ ਹਨਾ ਆ ਤਾਂ ਇਹ ਬਈ ਮਹਿੰਗੇ ਬਹੁਤ ਆ ਟੈਂਟ ਆ ਆ ਝੂਮਰ ਝਾਮਰ ਦੇ ਟੈਂਟ ਮਲਾ ਦਾ ਸਪੈਸ਼ਲੀ ਨਵੇਂ ਬਣਵਾਏ ਆ ਯਾਰ ਮੇਲਿਆਂ ਆਸਤੀ ਇਹਨਾਂ ਨੇ ਬਿਲਕੁਲ ਬਈ ਬਿਲਕੁਲ ਇਹਨਾਂ ਦਾ ਆ ਚਾਹਤਾਂ ਧਾਮ ਦੇਖ ਇਧਰਲੇ ਪਾਸੇ ਆ ਸਾਰਾ ਜਗ੍ਹਾ ਇਹਨਾਂ ਨੇ ਮੰਨ ਲਓ ਵੀ ਸੋਫੇ ਸਾਫੇ ਲਾ ਕੇ ਹਨਾ ਸਕਰੀਨ ਲਾ ਕੇ ਇੱਥੇ ਸਾਰਾ ਕੱਲ ਨੂੰ ਜਿਹੜਾ ਪ੍ਰੋਪਰ ਤਿਆਰੀ ਕਰ ਦੇਣੀ ਆ ਪੂਰੇ ਖੱਚੇ ਲੱਗੇ ਜਾਂਦੇ ਆ ਪੂਰੇ ਮਾਹੌਲ ਪੱਕਿਆ ਪੂਰਾ ਆਇਓ ਦੋਸਤੋ ਕੱਲ ਨੂੰ ਜਿਹੜਾ ਨੇ ਵੀਡੀਓ ਬਣਾਉਣੀਆਂ ਤੇ ਜਾਂ ਜਿਹੜੇ ਨੇ ਜਾਨਵਰ ਜੂਨਵਰ ਲੈ ਕੇ ਆਉਣੇ ਹਨਾ ਕੋਈ ਵਹਿਮ ਨਹੀਂਗਾ ਬਈ ਉਹ ਚੱਕ ਵਾਲਾ ਕਰਦੇ ਉਹ ਕਰਦੇ ਉਹ ਬਈ ਏਡਾ ਕੋਈ ਵੱਡਾ ਕੰਮ ਹੈ ਨਹੀਂਗਾ ਆ ਦਾ ਪੂਰਾ ਰਿੰਗ ਬਣਾਇਆ ਪਿਆ ਨਾ ਇਹ ਬਾਈ ਹਰਿਆਣੇ ਚੋਂ ਆਏ ਆ ਮੇਰੇ ਖਿਆਲ ਕੱਲ 855 ਉਹ ਜਿੱਥੋਂ ਤਾਈ ਮੈਂ ਮਗਰਾੜਾਂ ਤੋਂ ਆਈਡੀਆ ਲਾਇਆ ਸੀ ਉਹ ਜਿਹੜੇ ਮਗਰਾੜ ਲੱਗੇ ਪਿਆ ਉਹਦੇ ਉਹ ਹਰਿਆਣੇ ਤੋਂ ਆਉਂਦੇ ਆ ਸ਼ਾਇਦ ਹਾਂ ਟਰੈਕਟਰ ਦੇ ਵੀ ਦੇਖ ਸੰਭਾਈ ਬਰਾੜਾ ਉਧਰ ਮਾਰ ਕੈਮਰਾ ਮੜਾ ਦੇਖੇ ਦੇਖ ਲੈ ਜਿਵੇਂ ਆਟਾ ਗੁੰਨਿਆ ਹੁੰਦਾ ਐ ਗੁੰਨਿਆ ਪਿਆ ਉਤੋਂ ਪੂਰਾ ਐ ਨਹੀਂ ਤਰੇਲ ਆਪਣੇ ਨੂੰ ਕਾਰ ਵੀ ਬਾਹਰ ਠਾਲ ਦਿੰਦੇ ਹਨ ਚੱਕ ਮਾਲਾ ਇਥੋਂ ਹਣ ਸੋ ਲੈ ਵੀ ਆਪਾਂ ਇਧਰ ਗਾਂ ਮੇਲਾ ਹੈਗਾ ਖਤਮ ਆਇਆ ਕਿ ਬਈ ਮੇਲਾ ਗਾਂ ਨੂੰ ਬਹੁਤ ਵਧਿਆ ਤੇ ਘੋੜੀਆਂ ਦੀ ਮੰਡੀ ਪੂਰੀ ਤੇਜ਼ ਹੋਣ ਵਾਲੀ ਹੈ ਹਾਂ ਆ ਇਧਰ ਕੁਰਸੀਆਂ ਦੇਖ ਬਰਾੜਾ ਨਵਾਂ ਆ ਵਧੀਆ ਟਰੈਕਟਰ ਲਾ ਕੇ ਵਿੱਚ ਨਾ ਹਾਂ ਟਰੈਕਟਰ ਤੇ ਮਾਹੌਲ ਪੂਰਾ ਕੈੜਾ ਕਰਿਆ ਪਿਆ ਦੇਖ ਐਸ ਵੇਲੇ ਤਾਂ ਪੈਗ ਸ਼ੱਗ ਦਾ ਟਾਈਮ ਲੱਗਦਾ ਹਾਂ ਮਾਹੌਲ ਪੂਰਾ ਭਾਗ ਜਾਂਦਾ ਐਸ ਕਿ ਇਧਰ ਵੀ ਨਾਕਾ ਹੋਊਗਾ ਪੁਲਿਸ ਦਾ ਬਈ ਆ ਇਧਰ ਵੀ ਐਂਟਰੀ ਪੁਆਇੰਟ ਹੈ ਨਾ ਤੇ ਐਸ ਕਿ ਸਾਰੇ ਪਾਸੇ ਐਂਟਰੀ ਪੁਆਇੰਟ ਰੱਖਿਆ ਬਈ ਇਹਨਾਂ ਨੇ ਤੇ ਠੀਕ ਆ ਬਾਈ ਧੰਨਵਾਦ ਸਾਰੇ ਬਾਈ ਵੀਡੀਓ ਕਿਵੇਂ ਲੱਗੀ ਤੇ ਆਪਾਂ ਨਾ ਹੁਣ ਇੱਕ ਹਫਤਾ ਬਾਈ ਤੁਹਾਨੂੰ ਆਪਾਂ ਘੋੜੀਆਂ ਦੀਆਂ ਹੀ ਵੀਡੀਓ ਪਾਵਾਂਗੇ ਸਾਰੀਆਂ ਹਾਂ ਤੇ ਇਹ ਨਾ ਕਹਿ ਦਿਓ ਯਾਰ ਘੋੜੀਆਂ ਹੀ ਘੋੜੀਆਂ ਬਾਈ ਇਹ ਸਾਲ ਬਾਅਦ ਮੇਲਾ ਆਉਂਦਾ ਮੈਂ ਇਕੱਲਾ ਇਹੀ ਮੈਂ ਤਾਂ ਮੇਲਾ ਅਟੈਂਡ ਕਰਦਾ ਹੁਣਾ ਹੋਰ ਨਹੀਂ ਮੈਂ ਕਰਦਾ ਸਪੋਰਟ ਕਰਿਓ ਬਾਈ ਸਾਰੇ ਭਰਾ ਨਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਜਦੋਂ ਤੁਸੀਂ ਹੌਸਲਾ ਦਿੰਨੇ ਆ ਬਾਈ ਆਪਾਂ ਨੂੰ ਵੀ ਹੌਸਲਾ ਹੋ ਜਾਂਦਾ ਹੈ ਨਾ ਤੇ ਸਾਰੇ ਭਰਾ ਜ਼ਰੂਰ ਚੈੱਕ ਪੋਸਟ ਸਪੋਰਟ ਕਰਿਓ ਤੇ ਸ਼ੇਅਰ ਕਰਿਓ ਵੀਡੀਓ ਤੇ ਠੀਕ ਆ ਬਾਈ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਜਿਉਂਦੇ ਵਾਸਤੇ ਰਹੋ